ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਨਵੇਂ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਸੀ, ਹਮੇਸ਼ਾ ਦੀ ਤਰ੍ਹਾਂ ਅੱਜ ਦਾ ਵਲੌਗ ਵੀ ਬਹੁਤ ਜ਼ਿਆਦਾ ਸਪੈਸ਼ਲ ਹੋਣ ਵਾਲਾ। ਪੂਰਾ ਵਲੌਗ ਜ਼ਰੂਰ ਦੇਖਿਓ, ਐਂਡ ਤੱਕ ਵਲੌਗ ਨਾਲ ਬਣੇ ਰਿਹੋ। ਅਤੇ ਅੱਜ ਦਾ ਵਲੌਗ ਭੈਣਾਂ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲਾ, ਜਿਵੇਂ ਕਿ ਹੁਣ ਕਰਵਾ ਚੌਥ ਆ ਰਿਹਾ, ਦੀਵਾਲੀ ਆ ਰਹੀ ਆ, ਅਤੇ ਮੌਸਮ ਚੇਂਜ ਹੋ ਰਿਹਾ ਹੈ ਨਾ, ਅਤੇ ਸਾਰਿਆਂ ਨੂੰ ਸੂਟਾਂ ਦੀ ਬਹੁਤ ਜ਼ਿਆਦਾ ਲੋੜ ਆ। ਅੱਗੇ ਵਿਆਹਾਂ ਦਾ ਸੀਜ਼ਨ ਆਉਣ ਵਾਲਾ ਅਤੇ ਸਾਰੀਆਂ ਭੈਣਾਂ ਨੂੰ ਸੂਟਾਂ ਦੀ ਲੋੜ ਆ, ਅਤੇ ਸੋ ਮੈਂ ਅੱਜ ਤੁਹਾਡੇ ਲਈ ਜੋ ਸੂਟ ਮੈਂ ਬਾਏ ਕੀਤੇ ਆ ਜਾਂ ਜਿਹੜੇ ਹੁਣ ਟ੍ਰੈਂਡਿੰਗ 'ਚ ਫੈਬਰਿਕ ਚੱਲ ਰਿਹਾ ਹੈ ਨਾ, ਅਤੇ ਉਹ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ, ਅਤੇ ਤੁਸੀਂ ਤੁਹਾਨੂੰ ਵੀ ਆਈਡੀਆ ਮਿਲ ਜੂ ਜਿਨ੍ਹਾਂ ਭੈਣਾਂ ਨੂੰ ਪ੍ਰਿੰਟਡ ਸੂਟ ਪਸੰਦ ਆ ਹੈ ਨਾ, ਵੀ ਉਹ ਵੀ ਇਸ ਟਾਈਪ ਦੇ ਬਣਾ ਸਕਦੀ ਹਾਂ। ਸਭ ਤੋਂ ਪਹਿਲਾ ਸੂਟ ਤਾਂ ਮੈਂ ਆਹ ਵਾਲਾ ਬਣਵਾਇਆ, ਇਹ ਹੈਗਾ ਪਿਓਰ ਚਨੂਨ ਤੇ ਹੈਗਾ, ਬਿਲਕੁਲ ਪਿਓਰ ਚਨੂਨ ਆ ਇਹ, ਤੇ ਆਹ ਵਾਲੀ ਇਹਦੀ ਹੈਗੀ ਆ ਦੁਪੱਟਾ, ਤੇ ਆਹੀ ਕਲਰ ਦੀ ਇਹਦੀ ਹੈਗੀ ਆ ਬੋਟਮ। ਇੰਨਾ ਜ਼ਿਆਦਾ ਲਾਈਟ ਵੇਟ ਸੂਟ ਆ ਨਾ, ਬਹੁਤ ਜ਼ਿਆਦਾ, ਤੇ ਮੈਨੂੰ ਮਤਲਬ ਇਹਦੇ ਵਿੱਚ ਹੋਰ ਵੀ 20-25 ਡਿਜ਼ਾਈਨ ਤੇ ਕਾਫੀ ਕਲਰ ਸੀਗੇ, ਬਟ ਮੇਰੇ ਕੋਲ ਨਾ ਆਹ ਵਾਲੇ ਕਲਰ ਦਾ ਕੋਈ ਨਹੀਂ ਸੀਗਾ। ਮੈਂ ਸੋਚਿਆ ਚਲੋ ਮੈਂ ਆਹੀ ਸੂਟ ਬਣਾਉਣੀ ਆ, ਤੇ ਇਹ ਇਹੋ ਜਿਹਾ ਸੂਟ ਆ, ਮਤਲਬ ਨਾ ਇਹਦਾ ਕੋਈ ਕਲਰ ਜਾਊਗਾ ਤੇ ਨਾ ਇਹ ਖਰਾਬ ਹੋਊਗਾ ਹੈ ਨਾ, ਤੇ ਤੁਸੀਂ ਕਿਤੇ ਵੀ ਇਹਨੂੰ ਆਰਾਮ ਨਾਲ ਪਾ ਸਕਦੇ ਹੋ। ਕਲਰ ਦੇਖੋ ਕਿੰਨਾ ਜ਼ਿਆਦਾ ਸੋਹਣਾ, ਪ੍ਰਿੰਟਿੰਗ ਵੀ ਬਹੁਤ ਜ਼ਿਆਦਾ ਸੋਹਣੀ ਆ, ਕਿਉਂਕਿ ਹੁਣ ਨਵੰਬਰ ਦਸੰਬਰ 'ਚ ਇਹੋ ਜਿਹੇ ਹੈ ਨਾ ਕਲਰ ਸੋਹਣੇ ਲੱਗਦੇ ਆ, ਥੋੜ੍ਹੇ ਡਾਰਕ ਤੇ ਅਲੱਗ ਜਿਹੇ ਕਲਰ ਦੇ ਹੈ ਨਾ, ਤੇ ਸੋ ਮੈਨੂੰ ਆਹ ਵਾਲਾ, ਇੱਕ ਤਾਂ ਮੈਂ ਆਹ ਵਾਲਾ ਸੂਟ ਬਣਵਾਇਆ, ਤੇ ਇਹ ਸੂਟ ਮੈਂ ਕਿੱਥੋਂ ਬਣਾਇਆ ਮੈਂ ਐਂਡ ਤੇ ਪੂਰਾ ਦੱਸੂੰਗੀ ਕਿਹੜੀ ਬੁਟੀਕ ਤੋਂ ਬਣਾਏ ਆ। ਇਹ ਮੈਂ ਔਨਲਾਈਨ ਵੀ ਆਰਡਰ ਕੀਤੇ ਆ ਘਰੇ ਬੈਠੇ ਬਿਠਾਈ, ਤੇ ਮੇਰਾ ਸੂਟ ਸਟਿਚ ਹੋ ਕੇ ਘਰੇ ਪਹੁੰਚ ਗਿਆ, ਤੇ ਇਹ ਮੈਂ ਕਿੱਥੋਂ ਹਨਾ ਆਰਡਰ ਕੀਤੇ ਆ, ਪੂਰਾ ਬੁਟੀਕ ਦਾ ਤੁਹਾਨੂੰ ਮੈਂ ਐਡਰੈਸ ਵਗੈਰਾ ਸਭ ਕੁਝ ਦੱਸੂੰਗੀ, ਨਹੀਂ ਤਾਂ ਬਾਅਦ ਚੋਂ ਭੈਣਾਂ ਪੁੱਛਦੀਆਂ ਹੁੰਦੀਆਂ ਹਨਾ ਵੀ ਸਾਨੂੰ ਤੁਸੀਂ ਦੱਸਿਆ ਨਹੀਂ। ਸਭ ਤੋਂ ਪਹਿਲਾਂ ਮੈਂ ਸੂਟ ਦਿਖਾ ਦਈਏ, ਤੇ ਬਹੁਤ ਸੀਰੀਅਸਲੀ ਬਹੁਤ ਜ਼ਿਆਦਾ ਹਨਾ ਕੰਫਰਟੇਬਲ ਤੇ ਲਾਈਟ ਵੇਟ ਜਿਹਾ ਸੂਟ ਆ। ਤੇ ਜਿਹੜਾ ਮੇਰਾ ਦੂਜਾ ਸੂਟ ਹੈਗਾ ਇਹ ਹੈਗਾ ਜੂਟ ਦਾ, ਜਿਵੇਂ ਕਿ ਥੋੜਾ ਟਾਈਮ ਪਹਿਲਾਂ ਵੀ ਹਨਾ ਜੂਟ ਦਾ ਫੈਸ਼ਨ ਚੱਲਦਾ ਸੀ, ਮੈਨੂੰ ਯਾਦ ਆ ਮੈਂ ਪਲੇਨ ਸੂਟ ਬਣਾਇਆ ਸੀਗਾ ਜੂਟ ਦਾ ਇੱਕ, ਤੇ ਉਸੇ ਫੈਬਰਿਕ 'ਚ ਆ, ਬਟ ਇਹ ਪਿਓਰ 'ਚ ਆ, ਮਤਲਬ ਬਿਲਕੁਲ ਪਿਓਰ 'ਚ ਆ ਦੇਖੋ। ਤੇ ਆਹ ਵਾਲਾ ਇਹਦਾ ਹੈਗਾ ਸ਼ਰਟ, ਜਿਵੇਂ ਯਾਰ ਪ੍ਰਿੰਟਡ ਸੂਟ ਆਪਾਂ ਨੂੰ ਹਨਾ ਚਾਹੀਦੇ ਹੀ ਹੁੰਦੇ ਆ, ਜਿਵੇਂ ਕੰਫਰਟੇਬਲ ਜੇ ਹੁੰਦੇ ਹਰੇਕ ਜਗ੍ਹਾ ਤੇ, ਆਪਾਂ ਵਰਕ ਵਾਲੇ ਸੂਟ ਵੀ ਨਹੀਂ ਹਨਾ ਪਾ ਸਕਦੇ। ਆਹ ਵਾਲੀ ਹੈਗੀ ਇਹਦੀ ਬੋਟਮ, ਤੇ ਬਹੁਤ ਹੀ ਪਿਆਰਾ ਜਿਹਾ ਇਹਦਾ ਜੂਟ ਦਾ ਹੀ ਦੁਪੱਟਾ, ਦੇਖੋ ਸਾਰੇ ਫੈਸ਼ਨ ਨਾ ਮੁੜ ਮੁੜ ਕੇ ਆਈ ਜਾਂਦੇ ਆ, ਬਟ ਇੰਨਾ ਸੌਖਾ ਫੋਨ ਚਲਾਉਣ ਦਾ ਫਾਇਦਾ ਹੋ ਜਾਂਦਾ ਵੀ ਘਰੇ ਬੈਠੇ ਬਿਠਾਏ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਟ੍ਰੈਂਡਿੰਗ 'ਚ ਹਨਾ ਚੱਲ ਰਿਹਾ ਫੈਬਰਿਕ। ਤੇ ਦੇਖੋ ਆਹ ਵਾਲਾ ਹੈਗਾ ਇਹਦਾ ਦੁਪੱਟਾ, ਤੇ ਬੜਾ ਲਾਈਟ ਵੇਟ ਜਿਹਾ ਹਨਾ ਦੁਪੱਟਾ ਹੈਗਾ। ਤੇ ਤੀਜਾ ਜਿਹੜਾ ਮੇਰਾ ਸੂਟ ਹੈਗਾ ਉਹ ਹੈਗਾ ਆਹ ਵਾਲਾ ਸ਼ਿਮਰ, ਤੇ ਜਿਵੇਂ ਪਿਓਰ ਸ਼ਿਮਰ ਦੀ ਬੋਟਮ ਹੈ ਇਹਦੀ, ਤੇ ਇਹਦਾ ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ, ਬਹੁਤ ਜ਼ਿਆਦਾ। ਤੇ ਆਹ ਵਾਲਾ ਇਹਦਾ ਹੈਗਾ ਸ਼ਰਟ, ਇਹ ਹੈਗਾ ਔਰਗੈਂਜਾ ਦਾ ਸ਼ਰਟ ਆ, ਉਹ ਵਾਲਾ ਔਰਗੈਂਜਾ ਨਹੀਂ ਇਹ, ਜਿਵੇਂ ਬਹੁਤ ਜ਼ਿਆਦਾ ਹਾਰਡ ਵਾਲਾ ਹੁੰਦਾ ਨਾ ਉਹ ਵਾਲਾ ਨਹੀਂ, ਬਿਲਕੁਲ ਪਿਓਰ ਔਰਗੈਂਜਾ, ਬਿਲਕੁਲ ਲਾਈਟ ਵੇਟ ਇਸ ਤਰ੍ਹਾਂ ਦਾ ਹਨਾ ਇਹ ਹੈਗਾ। ਤੇ ਆਹ ਵਾਲੀ ਇਹਦੇ ਨਾਲ ਮੈਨੂੰ ਮਿਲੀ ਹੈ ਲੈਸ, ਜਿਹੜੀ ਪੂਰੇ ਸ਼ਰਟ ਤੇ ਆਪਾਂ ਡਿਜ਼ਾਈਨਿੰਗ ਕਰਵਾ ਸਕਦੇ ਹਾਂ। ਤੇ ਆਹ ਵਾਲਾ ਹੈਗਾ ਇਹਦਾ ਦੁਪੱਟਾ, ਇਹ ਵੀ ਸ਼ਿਮਰ ਟਾਈਪ ਹੀ ਆ, ਨਵੇਂ ਦੁਪੱਟੇ ਆਏ ਆ, ਤੇ ਇਹ ਤੁਹਾਨੂੰ ਕਿਤੇ ਵੀ ਨੋਰਮਲ ਦੁਕਾਨ ਤੋਂ ਹਨਾ ਜਾਂ ਕਿਤੇ ਹੋਰ ਨਹੀਂ ਮਿਲੂਗਾ। ਤੇ ਇਹਦੇ ਨਾਲ ਮੈਂ ਸੋਚਿਆ ਆਪਣੀ ਮਰਜ਼ੀ ਆ, ਵੈਸੇ ਪਲੇਨ ਵੀ ਹਨਾ ਰੱਖ ਸਕਦੇ ਹਾਂ,
ਬਟ ਮੈਂ ਆ ਵਾਲੇ ਕਲਰ ਦਾ ਇਹਦੇ ਨਾਲ ਕਰਾਉਂਗੀ ਡਾਈ ਦੁਪੱਟਾ, ਹੈ ਨਾ। ਟ੍ਰੈਂਡ ਚੇਂਜ ਹੋ ਜਾਂਦਾ, ਆਪਾਂ ਘਰੇ ਬੈਠੇ ਸੋਚੀ ਜਾਂਦੇ ਹਾਂ ਵੀ ਸੂਟ ਲੈਣ ਜਾਣਾ ਸੂਟ ਲੈਣ ਜਾਣਾ। ਸੋ ਆਪਾਂ ਨੂੰ ਹੈ ਨਾ ਪਤਾ ਹੋਵੇ ਵੀ ਕਿਹੜੇ ਟ੍ਰੈਂਡਿੰਗ ਫੈਬਰਿਕ ਚੱਲ ਰਹੇ ਆ, ਤਾਂ ਫਿਰ ਪੈਸੇ ਵੀ ਹੈ ਨਾ ਆਪਾਂ ਲਾਉਣੇ ਹੁੰਦੇ ਆ, ਤੇ ਸੋ ਆਪਾਂ ਉਹੀ ਕੱਪੜੇ ਬਣਾਈਏ ਜਿਹੜੇ ਹੈ ਨਾ ਜਿਹਦਾ ਫੈਬਰਿਕ ਟ੍ਰੈਂਡਿੰਗ 'ਚ ਹੋਵੇ। ਤੇ ਆਹ ਜਿਹੜਾ ਚਨੂਨ ਦਾ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਫੈਸ਼ਨ ਆ। ਦੂਜੀ ਗੱਲ ਜਿਹੜਾ ਆਪਾਂ ਆਹ ਸੂਟ ਦੀ ਗੱਲ ਕਰੀਏ, ਇਹ ਤੁਹਾਡਾ ਹੈ ਨਾ ਪੂਰਾ ਸਾਲ ਪੈ ਸਕਦਾ ਸੂਟ, ਕੋਈ ਇਹ ਹੈ ਨਹੀਂ ਵੀ ਇਕੱਲੀ ਸਰਦੀ 'ਚ ਹੀ ਪਊਗਾ ਗਰਮੀ 'ਚ ਹੀ ਪਊਗਾ, ਕਿਉਂਕਿ ਬਹੁਤ ਲਾਈਟ ਵੇਟ ਆ, ਗਰਮੀ 'ਚ ਵੀ ਪੈ ਜਾਊਗਾ, ਤੇ ਤੁਹਾਨੂੰ ਪਤਾ ਜੇ ਲਾਈਨਿੰਗ ਵਾਲਾ ਹੋਵੇ ਤਾਂ ਉਹ ਸਰਦੀ 'ਚ ਵੀ ਹੈ ਨਾ ਪੈ ਜਾਂਦਾ। ਤੇ ਆਹ ਜਿਹੜਾ ਜੂਟ ਵਾਲਾ ਸੂਟ ਆ, ਕਿਉਂਕਿ ਜੂਟ ਵਾਲਾ ਵੀ ਪਾ ਹੀ ਸਕਦੇ ਆ ਆਪਾਂ, ਹੈ ਨਾ, ਕਿਉਂਕਿ ਲਾਈਨਿੰਗ ਵਾਲਾ ਹੈਗਾ। ਹੁਣ ਨਵੰਬਰ ਸਟਾਰਟ ਹੋ ਹੀ ਜਾਊਗਾ, ਅਕਤੂਬਰ ਤੋਂ ਪੈਣਾ, ਤੇ ਆਹ ਔਰਗੈਂਜਾ ਵਾਲਾ ਵੀ ਹੈ ਨਾ ਪੈ ਸਕਦਾ। ਤੇ ਇਹ ਮੈਂ ਸਾਰੇ ਸੂਟ ਮੰਗਵਾਏ ਆ ਪਰਮ ਸਿੱਧੂ ਬੁਟੀਕ, ਇਹਨਾਂ ਦੀ ਲੁਧਿਆਣੇ ਬੁਟੀਕ ਹੈਗੀ ਆ। ਤੇ ਪਹਿਲਾਂ ਵੀ ਮੈਂ ਗਰਮੀਆਂ ਵਾਲੇ ਪ੍ਰਿੰਟਡ ਸੂਟ ਹਨ ਇਹਨਾਂ ਤੋਂ ਮੰਗਵਾਏ ਸੀਗੇ। ਤੇ ਜੇ ਤੁਸੀਂ ਵੀ ਮੇਰੇ ਸੂਟ ਨਾਲ ਦਾ ਕੋਈ ਵੀ ਸੂਟ ਆਰਡਰ ਕਰਨਾ ਹੋਵੇ, ਜਾਂ ਇਹਨਾਂ ਕੋਲ ਹੋਰ ਵੀ ਬਹੁਤ ਸਾਰੇ ਹਜ਼ਾਰਾਂ ਡਿਜ਼ਾਈਨ ਹੈਗੇ ਆ, ਤੇ ਮੈਂ ਇਹਨਾਂ ਦਾ ਇੰਸਟਾਗ੍ਰਾਮ ਪੇਜ ਦਿੱਤਾ ਹੋਇਆ ਸਾਈਡ ਤੇ ਸਕਰੀਨਸ਼ਾਟ, ਉੱਥੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਜੇ ਤੁਸੀਂ ਇਹਨਾਂ ਨੂੰ ਕਾਲ ਕਰੋਗੇ ਤਾਂ ਤੁਹਾਨੂੰ ਫਾਇਦਾ ਹੋ ਜਾਊਗਾ, ਕਿਉਂਕਿ ਫਿਰ ਤੁਸੀਂ ਇਹਨਾਂ ਦੇ ਗਰੁੱਪ 'ਚ ਐਡ ਹੋ ਜਾਓਗੇ, ਤਾਂ ਜਿਹੜੇ ਡੇਲੀ ਦੇ ਨਵੇਂ ਡਿਜ਼ਾਈਨ ਆਉਂਦੇ ਰਹਿੰਦੇ ਆ, ਤਾਂ ਉਹਨਾਂ ਦੀਆਂ ਤੁਹਾਨੂੰ ਹੈ ਨਾ ਫੋਟੋਜ਼ ਡੇਲੀ ਆਉਂਦੀਆਂ ਰਹਿੰਦੀਆਂ, ਤਾਂ ਕਿ ਤੁਹਾਨੂੰ ਜਿਹੜਾ ਕਦੇ ਸੂਟ ਸੋਹਣਾ ਲੱਗਿਆ ਨਾ ਤੁਸੀਂ ਖਰੀਦ ਸਕਦੇ ਹੋ, ਚੂਜ਼ ਕਰ ਸਕਦੇ ਹੋ, ਜਾਂ ਤੁਹਾਨੂੰ ਪੂਰਾ ਪਤਾ ਲੱਗਦਾ ਰਹੂ ਵੀ ਹੁਣ ਕਿਹੜਾ ਸੂਟ ਟ੍ਰੈਂਡਿੰਗ 'ਚ ਆ, ਕਿਹੜਾ ਹੈ ਨਾ ਕਿਵੇਂ ਆ, ਤੇ ਤੁਸੀਂ ਘਰੇ ਬੈਠੇ ਬਿਠਾਈ ਮੰਗਵਾ ਸਕਦੇ ਹੋ। ਬਿਲਕੁਲ 100% ਹੈ ਨਾ ਟਰਸਟਡ ਬੁਟੀਕ ਆ, ਇਹੋ ਜਿਹੀ ਕੋਈ ਗੱਲ ਨਹੀਂ ਵੀ ਫਰੋਡ ਹੋਊਗੀ, ਹੈ ਨਾ, ਕਿਉਂਕਿ ਯਾਰ ਅੱਜ ਕੱਲ੍ਹ ਬੜੇ ਇਹੋ ਜਿਹੀਆਂ ਬੁਟੀਕਾਂ ਜਿਹੜੀਆਂ ਫਰੋਡ ਹੈਗੀਆਂ। ਸੋ ਤੁਸੀਂ ਵੀ ਦੇਖ ਕੇ ਹੀ ਹੈ ਨਾ ਵਿਚਾਰ ਕੇ ਕਿਸੇ ਤੋਂ ਆਨਲਾਈਨ ਕੁਛ ਮੰਗਵਾਇਆ ਕਰੋ, ਤੇ ਸੀਰੀਅਸਲੀ ਬਹੁਤ ਸੋਹਣੇ ਸੂਟ ਆ ਇਹਨਾਂ ਕੋਲੇ। ਦੂਜੀ ਗੱਲ, ਜਿਵੇਂ ਇਹਨਾਂ ਕੋਲੇ ਬਾਗ ਤੇ ਫੁਲਕਾਰੀਆਂ ਵਗੈਰਾ ਵੀ, ਇਹ ਜੁੱਤੀਆਂ ਵਗੈਰਾ, ਜਦੋਂ ਤੁਸੀਂ ਇਹਨਾਂ ਦੇ ਇੰਸਟਾਗ੍ਰਾਮ ਪੇਜ ਤੇ ਜਾਓਗੇ ਤੁਹਾਨੂੰ ਪੂਰਾ ਪਤਾ ਲੱਗ ਜੂ ਇਹਨਾਂ ਕੋਲੇ ਕਿੰਨੀ ਜ਼ਿਆਦਾ ਕਲੈਕਸ਼ਨ ਆ। ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਇਹਨਾਂ ਕੋਲੇ ਸੂਟ 500 ਰੁਪਏ ਤੋਂ ਸਟਾਰਟ ਹੋ ਜਾਂਦੇ ਆ, ਤੇ ਤੁਸੀਂ 500 ਤੋਂ ਲੈ ਕੇ ਜਿੰਨਾ ਮਰਜ਼ੀ ਮਹਿੰਗਾ ਬਣਵਾ ਸਕਦੇ ਹੋ। 500 ਤੋਂ ਇਹਨਾਂ ਤੋਂ 1000 ਰੁਪਏ ਤੱਕ ਤਾਂ ਤੁਹਾਨੂੰ ਹੈਵੀ ਸੂਟ ਵੀ ਸਟਾਰਟ ਹੋ ਜਾਣਗੇ, ਜੇ ਤੁਸੀਂ ਕਰਵਾ ਚੌਥ ਲਈ ਸ਼ੋਪਿੰਗ ਕਰਨੀ ਹੋਵੇ, ਹੈ ਨਾ, ਤਾਂ ਤੁਹਾਨੂੰ ਸੋਹਣੀ ਸੋਹਣੀ ਕਲੈਕਸ਼ਨ ਮਿਲ ਜੂਗੀ। ਜਦੋਂ ਤੁਸੀਂ ਇਹਨਾਂ ਨੂੰ ਕਾਲ ਕਰੋਗੇ ਤਾਂ ਤੁਹਾਨੂੰ ਵਟਸਐਪ ਗਰੁੱਪ 'ਚ ਤੁਹਾਨੂੰ ਬਹੁਤ ਸਾਰੇ ਸੂਟਾਂ ਦੀਆਂ ਫੋਟੋਆਂ ਭੇਜ ਦੇਣਗੀਆਂ, ਉੱਥੋਂ ਤੁਸੀਂ ਕਰਵਾ ਚੌਥ ਲਈ, ਦੀਵਾਲੀ ਲਈ ਤੇ ਕੋਈ ਵੀ ਸੂਟ ਮੰਗਵਾ ਸਕਦੇ ਹੋ, ਜਾਂ ਪ੍ਰਿੰਟਡ ਸੂਟ ਮੰਗਵਾਉਣੇ ਹੋਣ ਤੇ ਹੋਰ ਵੀ ਬਹੁਤ ਸਾਰੇ ਹੈ ਨਾ ਡਿਜ਼ਾਈਨ ਇਹਨਾਂ ਕੋਲ ਹੈਗੇ ਆ। ਸਾਈਡ ਤੇ ਮੈਂ ਨੰਬਰ ਦਿੱਤਾ ਹੋਇਆ ਤੇ ਇੱਧਰ ਮੈਂ ਇੰਸਟਾਗ੍ਰਾਮ ਪੇਜ ਦਿੱਤਾ ਹੋਇਆ, ਇੱਥੇ ਜਾ ਕੇ ਤੁਸੀਂ ਵੀ ਮੇਰੇ ਸੂਟ ਨਾਲ ਦੇ ਸੂਟ ਮੰਗਵਾ ਸਕਦੇ ਹੋ, ਤੇ ਇਹ ਕੋਈ ਵੀ ਪ੍ਰਮੋਸ਼ਨ ਨਹੀਂ ਹੈਗੀ। ਜੇ ਤੁਹਾਡਾ ਦਿਲ ਮੰਨੇ ਤਾਂ ਤੁਸੀਂ ਹੈ ਨਾ ਕਾਲ ਕਰ ਸਕਦੇ ਹੋ, ਦਿਲ ਨਾ ਮੰਨੇ ਤਾਂ ਨਹੀਂ ਕਰ ਸਕਦੇ, ਬਟ ਇਹ ਕੋਈ ਵੀ ਪ੍ਰਮੋਸ਼ਨ ਨਹੀਂ ਹੈਗੀ। ਸੀਰੀਅਸਲੀ ਮੈਨੂੰ ਵਧੀਆ ਲੱਗਦੇ ਇਹਨਾਂ ਦੇ ਸੂਟ, ਮੈਂ ਮੰਗਵਾਏ ਆ ਜਿਵੇਂ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ, ਹੈ ਨਾ। ਤੇ ਅੱਜ ਦਾ ਇਹ ਸੀ ਆਪਣਾ ਹੈ ਨਾ ਪੂਰਾ ਵਲੌਗ ਸੂਟਾਂ ਨੂੰ ਲੈ ਕੇ, ਤੇ ਜਦੋਂ ਮੇਰੇ ਆ ਵਾਲੇ ਸੂਟ ਰੈਡੀ ਹੋ ਗਏ ਫਿਰ ਮੈਂ ਤੁਹਾਨੂੰ ਪ੍ਰੋਪਰ ਇਹਨਾਂ ਦੀ ਹੈ ਨਾ ਕਿੱਦਾਂ ਦੀ ਲੁੱਕ ਆਉਂਦੀ ਉਹ ਵੀ ਦਿਖਾਉਂਗੀ। ਤੇ ਵਲੌਗ ਵਧੀਆ ਲੱਗਿਆ ਹੋਇਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ।